ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਭਰਾ ਕਾਮਰਾਨ ਵੜੈਲ। ਅੱਜ ਜੀ ਆ ਜਿਹੜੇ ਦੋ ਜਵਾਨ ਨਾਲ ਖਲੋਤੇ ਨੇ, ਦੋਵੇਂ ਮੇਰੇ ਸ਼ਾਗਿਰਦੀ ਨੇ, ਤੇ ਅੱਜ ਆਪਸ ਵਿੱਚ ਜਿਹੜਾ ਨਾ ਆਏ ਨੇ ਤੇ ਆ ਕੇ ਜਿੱਤ ਗਏ ਨੇ ਇੱਕ ਦੂਜੇ ਨੂੰ। ਇੱਕ ਕਹਿੰਦਾ ਮੈਂ ਤਗੜਾ, ਦੂਜਾ ਕਹਿੰਦਾ ਮੈਂ ਤਗੜਾ। ਤੇ ਮੈਂ ਕਿਹਾ ਕਿਉਂ ਨਾ ਅੱਜ ਤੁਹਾਡਾ ਜਿਹੜਾ ਕੋਈ ਛੋਟਾ ਜਿਹਾ ਮੁਕਾਬਲਾ ਕਰਾਈਏ, ਤੇ ਹੁਣੇ ਪਤਾ ਲੱਗ ਜਾਂਦਾ ਕਿਹੜਾ ਤਗੜਾ। ਇਹ ਵੱਟਾ 130 ਕਿਲੋ, ਤੇ ਇਹਨੂੰ ਹੁਣ ਦੋਵਾਂ ਨੇ ਚੁੱਕਣਾ। ਜਿਹਨੇ ਜ਼ਿਆਦਾ ਵਾਰੀ ਜਿਹੜਾ ਚੁੱਕੇਗਾ ਉਹ ਅੱਜ ਦਾ ਵਿਨਰ ਹੈ। ਤੇ ਜ਼ੋਰ ਆ ਜੀ, ਪਹਿਲਾਂ ਕਿਹਨੇ ਲਾਣਾ? ਟਾਸ ਕਰਕੇ ਤੇ ਫਿਰ ਡਿਸਾਈਡ ਕਰਕੇ ਜ਼ੋਰ ਪਹਿਲਾਂ ਲਵਾਨੇ ਆ। ਲੋ ਜੀ, ਟਾਸ ਜਿੱਤ ਗਏ ਨੇ ਤਾਰਨ ਸਾਹਿਬ, ਤੇ ਹੁਣ ਮਲੀ ਸਾਹਿਬ ਪਹਿਲਾਂ ਜ਼ੋਰ ਲੱਗੇ ਨੇ ਜੀ ਲਾਉਣ। ਚਲੋ ਸ਼ਾਬਾ ਪਹਿਲਵਾਨ, ਖੈਰ ਜ਼ੈਨ ਦਾ ਹੁਣ ਪਹਿਲਾ ਦੌਰ। ਚਲੋ ਜੀ, ਸ਼ਾਬਾ ਜ਼ੈਨ, ਵੈਰੀ ਗੁੱਡ, ਵੈਰੀ ਗੁੱਡ। ਛੋਟਾ ਕਿਸ਼ਨ, ਚਲੋ ਮਾਸ਼ਾ ਵੈਰੀ ਗੁੱਡ ਜੀ। ਹਾਂ ਜੀ, ਦੂਜੀ ਵਾਰ ਹੈ ਜੀ ਹੁਣ ਦੌਰ ਜੀ। ਵੈਰੀ ਗੁੱਡ, ਗੁੱਡ। ਉਹ ਜੀ ਚੌਦਾਂ ਵਾਰੀ ਤੁਸੀਂ ਕਲੀਅਰ ਕਰ ਲਿਆ, ਹੁਣ ਤੀਸਰਾ ਦੌਰ ਹੈ। ਸ਼ਾਬਾ ਮੈਮ, ਠੀਕ ਹੈ ਤਗੜਾ, ਠੀਕ ਹੈ ਪੂਰਾ ਕੰਮ ਠੀਕ ਜੀ। ਖੈਰ ਪਹਿਲਵਾਨ ਜੀ ਹੈ ਤਰੇ ਤਰੇ ਵਾਰੀ ਹੋ ਗਿਆ ਕਲੀਅਰ, ਹੁਣ ਚੌਥੀ ਚੌਥੀ ਵਾਰ ਹੈ ਜੀ ਦੋਵਾਂ ਜੀ। ਵੈਰੀ ਗੁੱਡ, ਚੌਥੀ ਵਾਰ ਹੈ ਜੀ ਭਗਵਾਨ ਜੀ। ਕਬੂ ਕਬੂ ਖੈਰ ਪਹਿਲਵਾਨ, ਪੰਜਵਾਂ ਦੌਰ ਹੈ ਜੀ। ਚਲੋ ਚਲੋ ਮਾਸ਼ਾ,
ਸ਼ਾਬਾ ਜੀ ਪਹਿਲਵਾਨ ਜੀ ਮਾਸ਼ਾਅੱਲਾ ਕਿਆ ਬਾਤ ਪਲਾਨ ਕਿਆ ਬਾਤ ਦੇ ਰੇਸ ਕੋਈ ਗੱਲ ਨੀ ਕੋਈ ਗੱਲ ਨੀ ਮਾਸ਼ਾਅੱਲਾ ਜੈਸਾ ਕਿ ਤੁਸੀਂ ਦੋਸਤਾਂ ਨੇ ਵੇਖਿਆ ਹੈ ਕਿ ਪੰਜ ਪੰਜ ਦੌਰ ਇਹਨਾਂ ਲਾਏ ਨੇ ਦੋਵੇਂ ਪੰਜ ਪੰਜ ਵਾਰੀ ਮਾਸ਼ਾਅੱਲਾ ਦੋਵੇਂ ਕਲੀਅਰ ਕਰ ਗਏ ਨੇ ਠੀਕ ਹੈ ਅਬ ਮੌਸਮ ਵੀ ਗਰਮ ਹੈ ਅਤੇ ਮੈਂ ਜਿਹੜਾ ਨਾ ਇਹਨਾਂ ਨੂੰ ਆਖਿਆ ਵਾ ਬਸ ਕਰੋ ਅੱਜ ਦਾ ਜਿਹੜਾ ਨਾ ਜ਼ਿਆਦਾ ਤੁਸੀਂ ਬਰਾਬਰ ਹੋ ਇਹ ਤਾਂ ਜਵਾਨ ਆਉਂਦੇ ਨੇ ਕਿ ਨਹੀਂ ਸਾਡਾ ਹੋਰ ਦੌਰ ਲਾਓ ਲਿਆਦਾ ਮੈਂ ਕਿਹਾ ਨਹੀਂ ਗਰਮੀ ਬੜੀ ਹੈ ਤੁਸੀਂ ਅੱਜ ਜਿਹੜਾ ਨਾ ਦੋਵੇਂ ਬਰਾਬਰ ਹੋ ਨੈਕਸਟ ਵੀਕ ਜਿਹੜਾ ਜਿਸ ਦਿਨ ਮੌਸਮ ਕਦਰਾ ਬਿਹਤਰ ਹੋਵੇ ਤਾਂ ਫਿਰ ਤੁਹਾਡਾ ਕੰਪੀਟੀਸ਼ਨ ਦੁਬਾਰਾ ਰਹਾਂ ਲਿਆਦਾ ਅੱਜ ਜਿਹੜਾ ਕੰਪੀਟੀਸ਼ਨ ਹੈ ਇਹ ਦੋਵੇਂ ਬਰਾਬਰ ਨੇ ਹਾਂ ਜੀ ਦਾਦਾ ਸਾਹਿਬ ਠੀਕ ਹੈ ਜੀ ਇਨਸ਼ਾਅੱਲਾ ਕਿਉਂ ਜੀ ਜੇ ਸਾਰ ਹੀ ਆਉਂਦੇ ਹਾਂ ਨੈਕਸਟ ਇਨਸ਼ਾਅੱਲਾ ਫਿਰ ਜਿਹੜਾ ਇਹਨਾਂ ਦਾ ਕੰਪੀਟੀਸ਼ਨ ਹੋਵੇ ਤਾਂ ਉਹਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਚਲੋ ਚਲੋ ਫਿਰ